ਤਾੜੀਆਂ ਵੱਲੋਂ ਬੜੀ ਕੰਜੂਸੀ ਪੈਸੇ ਬਹੁਤ ਆ ਰਹੇ ਆ ਇੱਕ ਮਸਾਲ ਹੈ ਚੱਕ ਸਾਬੂ ਦੀ ਪਿਛਲੇ ਸਾਲ ਵੀ ਜਦੋਂ ਗੌਤਮ ਜਲੰਧਰੀ ਆਇਆ ਸੀ ਪੈਸਿਆਂ ਦੀ ਬਾਕੀ ਬਹੁਤ ਬਸ਼ਾਰ ਹੁੰਦੀ ਹੈ ਤਾੜੀ ਲਿਆ ਕਰੋ ਖੁੱਲ ਕੇ ਬਾਬਾ ਜੀ ਬੱਚੇ ਬਹੁਤ ਘੱਟ ਹੈ ਲਾਲ ਕਮਲ ਜੀ ਅਕਸਰ ਪਿੰਡਾਂ ਵਿੱਚ ਦੇਖਿਆ ਜਾਂਦਾ ਹੈ ਭਾਵੇਂ ਡਾਕਟਰ ਸਾਹਿਬ ਵਿਆਹ ਹੋਵੇ ਭਾਵੇਂ ਮੇਲਾ 2500-3000 ਬੱਚਾ ਹੁੰਦਾ ਹੈ ਆਹ ਬੱਚੇ ਗਿਣਤੀ ਦੇ ਮੇਰਾ ਖਿਆਲ ਥੋੜ੍ਹਾ ਹੀ ਹੈ ਬਿਲਕੁਲ ਥੋੜ੍ਹੀ ਬਹੁਤ ਜਿੰਨੇ ਵੀ ਆ ਇੰਟੈਲੀਜੈਂਟ ਬਹੁਤ ਹੈ ਕਿਉਂਕਿ ਬੱਚੇ ਰੱਬ ਦਾ ਰੂਪ ਹੁੰਦੇ ਨੇ ਕਹਿੰਦੇ ਬੱਚਿਆਂ ਨਾਲ ਕਰਨਾ ਪਿਆਰ ਚਾਹੀਦਾ ਵੱਡਿਆਂ ਦਾ ਕਰਨਾ ਸਤਿਕਾਰ ਚਾਹੀਦਾ ਪਤਾ ਨਹੀਂ ਕਿਹੜੇ ਵੇਲੇ ਵਾਰ ਕਰ ਜਾਏ ਬੈਰੀ ਕੋਲੋਂ ਰਹਿਣਾ ਹੁਸ਼ਿਆਰ ਚਾਹੀਦਾ ਸਾਂਭ ਸਾਂਭ ਰੱਖੋ ਕੀਮਤੀ ਸਮਾਨ ਨੂੰ ਅੱਜ ਕੱਲ੍ਹ ਛੋਟਾ ਪਰਿਵਾਰ ਚਾਹੀਦਾ ਹੈ ਜ਼ਿੰਦਗੀ 'ਚ ਪੈਸਾ ਆਉਂਦਾ ਜਾਂਦਾ ਰਹਿੰਦਾ ਏ ਪਰ ਦਿਲ ਵੱਲੋਂ ਬੰਦਾ ਦਿਲ ਦਾਰ ਚਾਹੀਦਾ ਗੱਲ ਕਿਉਂਕਿ ਸਾਰੇ ਦਿਲਦਾਰ ਬੈਠੇ ਨੇ ਗੱਲ ਪੈਸਿਆਂ ਦੀ ਕਹਿੰਦੇ ਪੈਸੇ ਨਾਲ ਪੈਸਾ ਦਾਤਿਆਂ ਨੇ ਸਭ ਕੁਝ ਦਿੱਤਾ ਹੈ ਜੇ ਪੈਸੇ ਨਾਲ ਹਰ ਸੁੱਖ ਮਿਲਦਾ ਹੁੰਦਾ ਕਿਉਂਕਿ ਦੁਨੀਆਂ ਵਿੱਚ ਦੁਖੀ ਨਾ ਕੋਈ ਹੁੰਦਾ ਜਿਹੜਾ ਸੁਖੀ ਬੰਦਾ ਉਹ ਹੈ ਜੇ ਤੇ ਅਕਾਲ ਪੁਰਖ ਦੀ ਕਿਰਪਾ ਇਹਨਾਂ ਪੀਰਾਂ ਫਕੀਰਾਂ ਦਾ ਆਸ਼ੀਰਵਾਦ ਹੈ ਕਹਿੰਦੇ ਪੈਸੇ ਨਾਲ ਕਹਿੰਦੇ ਪੈਸੇ ਨਾਲ ਹਰ ਸੁੱਖ ਖਰੀਦਿਆ ਨਹੀਂ ਜਾ ਸਕਦਾ ਪੈਸੇ ਨਾਲ ਹਰ ਸੁੱਖ ਖਰੀਦਿਆ ਨਹੀਂ ਜਾ ਸਕਦਾ ਭਾਵੇਂ ਦੁਨੀਆਂ ਦੇ ਪਿੱਛੇ ਪ੍ਰਧਾਨ ਪੈਸਾ ਪੈਸੇ ਨਾਲ ਮਹਿੰਗੀ ਤਾਂ ਦਵਾਈ ਤੋਂ ਖਰੀਦ ਸਕਦਾ ਨਹੀਂ ਕਦੇ ਵੀ ਆਰਾਮ ਪੈਸਾ ਕਮੀ ਪੈਸੇ ਦੀ ਸਤਾਉਂਦੀ ਹੈ ਗਰੀਬੜੇ ਨੂੰ ਸਾਡੇ ਵਰਗੇ ਨੂੰ ਕਮੀ ਪੈਸੇ ਦੀ ਸਤਾਉਂਦੀ ਹੈ ਗਰੀਬੜੇ ਨੂੰ ਅਮੀਰ ਸੋਚਦੇ ਨੇ ਕਿੱਥੇ ਖਪਾਣ ਪੈਸਾ ਉਹਦੇ ਵਰਗਾ ਅਮੀਰ ਨਾ ਆਦਿ ਜਗਾਦ ਹੋਵੇ ਕਾਇਆ ਤੰਦਰੁਸਤੀ ਸਿੱਤੇ ਹੋਰ ਮਾਪੇ ਜਿਹਦੀ ਆਗਿਆਕਾਰ ਔਲਾਦ ਹੋਵੇ ਸੋ ਅਗਲੀ ਹਾਜ਼ਰੀ ਬਲਿਹਾਰ ਸਿੱਖ ਅੱਜ ਕੱਲ੍ਹ ਦੀ ਜੇ ਗੱਲ ਕਰੀਏ ਕਹਿੰਦੇ ਯਾਰਾਂ ਦੀ ਗੱਲ ਚੱਲਦੀ ਹੈ ਦਿਲਦਾਰਾਂ ਦੀ ਗੱਲ ਚੱਲਦੀ ਏ ਯਾਰਾਂ ਦੀ ਗੱਲ ਚੱਲਦੀ ਹੈ ਦਿਲਦਾਰਾਂ ਦੀ ਗੱਲ ਚੱਲਦੀ ਏ ਤੇਰੀਆਂ ਜਿੱਤਾਂ ਤੇ ਸਾਡੀਆਂ ਹਾਰਾਂ ਦੀ ਗੱਲ ਚੱਲਦੀ ਏ ਸ਼ਰਮ ਨਾਲ ਸਿਰ ਝੁੱਕ ਜਾਂਦਾ ਹੈ ਦੀਪੇ ਉਸ ਵੇਲੇ ਜਦ ਮਹਿਫਲ ਵਿੱਚ ਗਰਦਾਰਾਂ ਦੀ ਗੱਲ ਚੱਲਦੀ ਏ ਜਦ ਮਹਿਫਲ ਵਿੱਚ ਗਰਦਾਰਾਂ ਦੀ ਗੱਲ ਚੱਲਦੀ ਏ ਅੱਜ ਕੱਲ੍ਹ ਜਾਰੀਆਂ ਕਿਹੋ ਜਿਹੀਆਂ ਨੇ ਕਹਿੰਦੇ ਕਰਨਾ ਲੋਕ ਦਿਖਾਵਾ ਕਰਨਾ ਲੋਕ ਦਿਖਾਵਾ ਦਿਲ ਵਿੱਚ ਰੱਖਣੀ ਖਾਰ ਮੂੰਹ ਤੇ ਸਿਫਤਾਂ ਪਿੱਠ ਵਿੱਚ ਚੁਗਲੀਆਂ ਕਾਹਦਾ ਏ ਤੂੰ ਯਾਰ ਸੁੱਖ ਦੇ ਵੇਲੇ ਤੂੰ ਗੁਲਾਬੇ ਭਰਦਾ ਦੁੱਖ ਦੇ ਵੇਲੇ ਤੂੰ ਨਾਲ ਨਹੀਂ ਖੜਦਾ ਮਤਲਬ ਲਈ ਤੂੰ ਪੈਰੀ ਹੱਥ ਲਾਉਂਦਾ ਏ ਤੈਨੂੰ ਯਾਰ ਕਹਾਂ ਕੇ ਕਰਦਾਰ ਮੂੰਹ ਤੇ ਸਿਫਤਾਂ ਪਿੱਠ ਵਿੱਚ ਚੁਗਲੀਆਂ ਕਾਹਦਾ ਏ ਤੂੰ ਯਾਰ ਇੱਕ ਵਾਰ ਅਗਲੀ ਪੇਸ਼ਕਾਰੀ ਅਗਲਾ ਗੀਤ ਲੈ ਕੇ ਹਾਜ਼ਰ ਬਲਿਹਾਰ ਸੇਖੋ ਸੇਖੋ ਹਾਂ
हड्डी ए ना पिछे भावे चल रणगड़ा से gst.satlife.com जो कि ये सारा और यूट्यूब तुसी सारा ये जड़ा मेला देशां विदेशां में संगता जो बैठिया ने वो इस मेले का आनंद मा रही है क्योंकि जिहड़े विदेशां विचों इन्ना रवी इस दरबार में दिल फुल भेजदे ने उन्हां दी कास्ता हुंदी उन्हां दा प्यार हुंदा कि असीं भी सारे मेले का आनंद मानना विदेशों में गए ने पर फिर भी उन्होंने जी रूह इस पंजाब के नाल इस मिट्टी के नाल जुड़ी है कहते रोजी रोटी खातर बिच विदेश आए रोजी रोटी खातर बिच विदेश आए जान तोड़ तोड़ मित्रों बड़े पौंड कमाए अज भी सदरा सुनी है मेरे दिल के खाब दियाँ मैनू ज्यादा नितस्तों दी मेरे देश पंजाब दियाँ बचपन दल पठिया उत्ते जद जाके खाते सी दाने खूह उत्ते बजते सी मानक दे गाने अज भी महक आ मां के हाथों के साग दियाँ मैनू ज्यादा नितस्त आ मेरे देश पंजाब दियाँ सो बेनती करते हैं जी कमल खान साहब उन्होंने जिन्हें भी जिन्हें उन्होंने बेनती है कि स्थिति आती कृपालता कर अगली गल धियां की और धियां की क्योंकि बेशक असी धियां की लोहड़ी पाउण लग पए हाँ पर फिर भी जो धी घर में जन्म लेंदी है सके संबंधी में सोग पै जाता है के धी ने जन्म लिया कहने हक मार के भोले गरीबों के हक मार के भोले गरीबों के ने सोनिया उपर टंगी दे कोखा बिच मार के तिया उस रब तो पुत ने मंगी दे उस रब तो पुत ने मंगी दी
ਸਾਇੰਸ ਨੇ ਕਹਿੰਦੇ ਬਹੁਤ ਤਰੱਕੀ ਕੀਤੀ ਹੈ ਸਾਇੰਸ ਨੇ ਬਣਾਈਆਂ ਮਸ਼ੀਨਾਂ ਕੋਖਾਂ ਵਿੱਚ ਧੀਆ ਮਾਰਨ ਨੂੰ ਕਿਸ ਦਾ ਇਹ ਕਸੂਰ ਹਰ ਕੋਈ ਫਿਰਦਾ ਹੈ ਪੱਲਾ ਚਾੜਨ ਨੂੰ ਇਹ ਸਾਇੰਸ ਦੀਆਂ ਮਸ਼ੀਨਾਂ ਨੇ ਪਤਾ ਨਹੀਂ ਕਿੰਨੀ ਧੀਆਂ ਦੀ ਜ਼ਿੰਦਗੀ ਖਾਧੀ ਏ ਲੋਕ ਕਹਿੰਦੇ ਨੇ ਸਾਇੰਸ ਤਰੱਕੀ ਪਰ ਧੀਆਂ ਧਿਆਣੇ ਲਈ ਬਰਬਾਦੀ ਏ ਧੀਆਂ ਧਿਆਣੇ ਲਈ ਬਰਬਾਦੀ ਏ ਔਰ ਵੀ ਇੱਕ ਫੋਟੋ ਮੇਰੀ ਵੀ ਖਿੱਚਦੀ ਕਹਿੰਦਾ ਜੇ ਮੁੰਡਿਆਂ ਤੋਂ ਮੇਰੀ ਤੋਰ ਵੇਖਣੀ ਸੂਟ ਸਮਾਦੇ ਫਿੱਟ ਮੁੰਡਿਆ ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡਿਆ ਸੋਨਾ ਦੀ ਨਾਲ ਇਹ ਹਾਜ਼ਰ ਇੱਕ ਦੋ ਜੀ ਬੋਲੋ ਸੁਣਾਉਣ ਲੱਗਿਆ ਜੇ ਚੰਗਾ ਲੱਗਾ ਤਾੜੀ ਮਾਰ ਦਿਓ ਮੈਂ ਜੰਮੀ ਜਦ ਜਨਮੀ ਜਗਤੇ ਕਿਉਂ ਦੁਨੀਆ ਬੁਰਾ ਮਨਾਇਆ ਹੋ ਪੁੱਤ ਜੰਮੇ ਸਭ ਖੁਸ਼ੀ ਮਨਾਉਂਦੇ ਹੋ ਮੇਰੀ ਵਾਰੀ ਕਿਉਂ ਸਭ ਨੇ ਸੋਗ ਮਨਾਇਆ ਚਾ ਸਭ ਨੂੰ ਪੁੱਤਰਾਂ ਦਾ ਕਿਉਂ ਜੰਮੀ ਧੀ ਨਮਾਣੀ ਖਾਣਾ ਆਪਣੇ ਕਰਮਾਂ ਦਾ ਬਬਲ ਭਾਰ ਮੇਰਾ ਨਾ ਜਾਣੀ ਚਾ ਸਭ ਨੂੰ ਪੁੱਤਰਾਂ ਦਾ ਕਿਉਂ ਜੰਮੀ ਧੀ ਨਮਾਣੀ ਜੰਮਿਆ ਪੁੱਤਰਾਂ ਦੀ ਧੀ ਜੰਮੇ ਕੋਕਿਓ ਪਾਣੀ ਖਾਣਾ ਆਪਣੇ ਕਰਮਾਂ ਦਾ ਬਾਬਲ ਭਾਰ ਮੇਰਾ ਨਾ ਜਾਣੀ ਚਾ ਸਭ ਨੂੰ ਪੁੱਤਰਾਂ ਦਾ ਕਿਉਂ ਜੰਮੀ ਧੀ ਨਵਾਣੀ ਉਹ ਧੀਆਂ ਖਾਂਦੀਆਂ ਭਾਗ ਮੇਰੇ ਰਾਜੇ ਤੂੰ ਨੀ ਚੰਦ ਫਰਮਾਇਆ ਰਜਨੀ ਖਾਂਦੀ ਆਪਣਾ ਸੀ ਉਸਨੂੰ ਪਿੰਗਲੇ ਨਾਲ ਪਿਆਇਆ ਰਾਜਾ ਬਣਿਆ ਪਿੰਗਲੇ ਤੋਂ ਰਜਨੀ ਬਣੀ ਮਹਿਲ ਦੀ ਰਾਣੀ ਖਾਣਾ ਆਪਣੇ ਕਰਮਾਂ ਦਾ ਬਾਬਲ ਭਾਰ ਮੇਰਾ ਨਾ ਜਾਣੀ ਚਾ ਸਭ ਨੂੰ ਪੁੱਤਰਾਂ ਦਾ ਕਿਉਂ ਜੰਮੀ ਧੀਰ ਵਾਣੀ ਮਿਹਰਬਾਨੀ ਬਾਬਾ ਜੀ ਕੀ ਸੋਚ ਰਹੇ ਹੋ ਰੰਗ ਬਸੰਤੀ ਬਾਬੇ ਦਿਨਾਂ ਦਾ ਬਣ ਸੋਚਣ ਕਿਉਂਕਿ ਤੁਹਾਡੇ ਚਿਹਰੇ 'ਤੇ ਨੂਰ ਝਲਕਦਾ ਹੈ ਤੁਹਾਡੇ ਮੁੱਖੜੇ ਨੂੰ ਦੇਖ ਕੇ ਇੰਝ ਲੱਗਦਾ ਬਾਬਾ ਜੀ ਚਲੋ ਜੀ ਤੁਹਾਡੇ ਮੁੱਖੜੇ ਨੂੰ ਦੇਖ ਕੇ ਇੰਝ ਲੱਗਦਾ ਜਿਹੜੀਆਂ ਸੋਚਾਂ ਵੀ ਤੁਸੀਂ ਖੁੱਬੇ ਹੋ ਤੁਹਾਡੀਆਂ ਮਸਤ ਦਾਮਾਂ ਦੱਸੀਆਂ ਨੇ ਕਿਉਂਕਿ ਯਾਰ ਪੀਂਦੀ ਅੱਜ ਡੁੱਬੇ ਹੋ ਤਾੜੀ ਲਾ ਦਿਆ ਕਰੋ ਗੱਲ ਚੰਗੀ ਲੱਗਦੀ ਹੁੰਦੀ ਹੈ ਕਹਿੰਦੇ ਮਨ ਦਾ ਮਣਕਾ ਫਿਰ ਪਖੀਰਾ ਮਨ ਦਾ ਮਣਕਾ ਫਿਰ ਪਖੀਰਾ ਸੁੱਟ ਦੇ ਤੋੜ ਦੇ ਤਸਬੀ ਨੂੰ ਜੇ ਪੌਣਾ ਦੀ ਦਾਰ ਯਾਰਦਾ ਮਾਰ ਮੁਕਾ ਦੇ ਹਸਤੀ ਨੂੰ ਉਹ ਜਿੱਥੇ ਮੇਰੇ ਪੀਰ ਦੀ ਗੱਲ ਨਾ ਹੋਵੇ ਅਕਲਾਮਾ ਉਸ ਮਸਤੀ ਨੂੰ ਮੈਂ ਆਪਣੀ ਨੂੰ ਮਾਰ ਲੈ ਕਾਲੇ ਜੇ ਪੌਣਾ ਯਾਰ ਪੀਰ ਦੀ ਮਸਤੀ ਨੂੰ ਜੇ ਪੌਣਾ ਯਾਰ ਪੀਰ ਦੀ ਮਸਤੀ ਨੂੰ ਬੜਾ ਔਖਾ ਹੈ ਇਹ ਬੜੇ ਔਖੇ ਹੁੰਦੇ ਆ ਬਾਣੇ ਪੌਣੇ ਹਾਂਜੀ ਆ ਜਾਓ ਜੀ ਆ ਜਾ ਮੇਰੇ ਵੀ ਅਸੀਂ ਬਾਅਦ 'ਚ ਬੋਲਵਾਂਗੇ ਹਾਂ ਠੀਕ ਹੈ ਜੀ ਕਹਿੰਦੇ ਬੜਾ ਔਖਾ ਹੈ ਹਾਂਜੀ ਹਾਂਜੀ ਪੱਲਾ ਜੀ ਆ ਜਾਓ ਆ ਜਾ ਮੇਰੇ ਬਲਿਹਾਰ ਸ਼ਹੀਦੀ ਆ ਤੋਂ